ਠੀਕ ਹੈ ਜੀ ਇੱਥੇ। ਹਾਂਜੀ, ਇਹ ਹੈਗਾ ਆਪਣਾ ਨਿਊ ਓਮਨੀ ਟਰੈਕ ਵਾਲਾ ELD। ਪਹਿਲਾਂ ਆਪਾਂ ਟੈਬਲੇਟ ਯੂਜ਼ ਕਰਦੇ ਸੀਗੇ, ਹੁਣ ਆਪਾਂ ਦਸੰਬਰ ਤੋਂ ਜਾਂ ਫਿਰ ਉਸ ਤੋਂ ਪਹਿਲਾਂ ਹੀ ਆਪਾਂ ਨੇ ਤੁਹਾਡੇ ਟਰੱਕਾਂ ਦੇ ਵਿੱਚ ਇੰਸਟਾਲ ਕਰ ਦੇਣਾ ਹੈਗਾ ਆ, ਤਾਂ ਕਿ ਆਪਾਂ ਨੂੰ ਕੋਈ ਪ੍ਰੋਬਲਮ ਨਾ ਆਵੇ, ਕਿਉਂਕਿ US ਦੇ ਵਿੱਚ ਇਹ ਬਹੁਤ ਜ਼ਿਆਦਾ ਕੰਪਲਸਰੀ ਹੋ ਚੁੱਕਿਆ ਆ। ਇਹਦੇ ਤੋਂ ਬਿਨਾਂ ਅਗਰ ਆਪਾਂ ਹੁਣ ਟਰੱਕ ਡਰਾਈਵ ਕਰਾਂਗੇ ਤਾਂ ਉਹਦੀ ਆਪਾਂ ਨੂੰ ਟਿਕਟ ਵਗੈਰਾ ਕਾਫੀ ਕੁਛ ਆਪਾਂ ਨੂੰ ਹੋ ਸਕਦਾ ਆ। ਸੋ ਉਸ ਚੀਜ਼ ਤੋਂ ਬਚਣ ਦੇ ਲਈ ਆਪਾਂ ਇਹ ਜਿਹੜਾ ਲੌਗਇਨ ਹੈਗਾ ਉਹ ਆਪਾਂ ਇੰਸਟਾਲ ਕਰ ਰਹੇ ਹਾਂ। ਤਾਂ ਆਪਾਂ ਸਭ ਤੋਂ ਪਹਿਲਾਂ ਜਿਹੜੀ ਚੀਜ਼ ਹੈਗੀ ਆ ਇਹ ਆਪਾਂ ਤੁਹਾਡੇ ਟਰੱਕਸ ਦੇ ਵਿੱਚ ਇੰਸਟਾਲ ਕਰਨਾ ਹੈਗਾ ਆ। ਇਹਦੇ ਵਿੱਚ ਆਪਣੇ ਕੋਲ ਕਾਫੀ ਸਾਰੇ ਫੀਚਰਸ ਹੈਗੇ ਨੇ ਜਿਹੜੇ ਆਪਣੇ ਕੋਲ ਪਿਛਲੇ ਟੈਬਲੇਟ ਦੇ ਵਿੱਚ ਨਹੀਂ ਸੀਗੇ, ਜਿਹਦੇ ਵਿੱਚ ਆਪਣੇ ਕੋਲ ਹੈਗੇ ਨੇ ਮੈਸੇਜ, ਸਭ ਤੋਂ ਮੇਨ ਫੀਚਰਸ ਹੈਗਾ ਇਹਦਾ ਆਰਸ ਆਫ ਸਰਵਿਸ ਅਤੇ ਡਰਾਈਵਰ ਦਾ ਲੌਗਇਨ, ਅਤੇ ਆਪਾਂ ਨੂੰ ਮਤਲਬ ਜੇ PTI ਵਗੈਰਾ ਸਾਰਾ ਕੁਛ ਆਪਾਂ ਇਸ ਤੋਂ ਕਰ ਸਕਦੇ ਹਾਂਗੇ। ਅਤੇ ਇੱਕ ਆਪਣੇ ਕੋਲ ਵਰਕ ਫਲੋ ਦਾ ਆਪਸ਼ਨ ਹੈਗਾ ਆ। ਉਸ ਤੋਂ ਬਿਨਾਂ ਆਪਣੇ ਕੋਲ ਇਹਦੇ ਵਿੱਚ ਹੀ ਡਰਾਈਵਰ ਦੀ ਟ੍ਰੇਨਿੰਗ ਆ, ਅਗਰ ਤੁਹਾਨੂੰ ਕੁਛ ਵੀ ਚੀਜ਼ ਨਹੀਂ ਪਤਾ ਲੱਗਦੀ ਹੈਗੀ ਤੁਸੀਂ ਡਰਾਈਵਰ ਟ੍ਰੇਨਿੰਗ ਟੈਬ ਦੇ ਉੱਤੇ ਜਾ ਕੇ ਸਾਰੀਆਂ ਚੀਜ਼ਾਂ ਆਪਣੇ ਆਪ ਸਿੱਖ ਸਕਦੇ ਹੋ। ਇਸ ਤੋਂ ਬਿਨਾਂ ਤਿੰਨ ਚੀਜ਼ਾਂ ਆਪਣੇ ਕੋਲ ਹੋਰ ਨੇ, ਸੈਟਿੰਗ ਸਿਸਟਮ ਅਤੇ ਡਾਇਗਨੋਸਟਿਕ। ਇਹ ਚੀਜ਼ਾਂ ਨੇ ਤੁਹਾਡੇ ਵਹੀਕਲ ਨੂੰ ਲੈ ਕੇ, ਤੁਹਾਡੀ IVG ਯੂਨਿਟ ਨੂੰ ਲੈ ਕੇ, ਇਹ ਤੁਹਾਨੂੰ ਮੈਂ ਹੁਣ ਡਿਟੇਲ 'ਚ ਦੱਸਣ ਜਾ ਰਹੀ ਹਾਂ। ਸਭ ਤੋਂ ਪਹਿਲਾਂ ਆਪਾਂ ਨੇ ਇੱਥੋਂ ਸ਼ੁਰੂ ਕਰਨਾ ਆ, ਜਿਹੜਾ ਕੰਪਨੀ ਦੁਆਰਾ ਤੁਹਾਨੂੰ ਲੌਗਇਨ ID ਅਤੇ ਪਾਸਵਰਡ ਦਿੱਤੀ ਗਈ ਆ ਉਹਦੇ ਨਾਲ ਤੁਸੀਂ ਆਪਣਾ ਜਿਹੜਾ IVG ਯੂਨਿਟ ਆ ਉਹਨੂੰ ਲੌਗਇਨ ਕਰਨਾ ਆ। ਸਭ ਤੋਂ ਪਹਿਲਾਂ ਆਪਾਂ ਡਰਾਈਵਰ ਲੌਗਇਨ 'ਤੇ ਜਾਵਾਂਗੇ। ਇਹ ਆਪਾਂ ਨੂੰ ਦੋ ਚੀਜ਼ਾਂ ਪੁੱਛਦਾ ਆ, ਡਰਾਈਵਰ ਦੀ ID ਅਤੇ ਉਹਦਾ ਪਾਸਵਰਡ। ਇਹ ਡਰਾਈਵਰ ਅਤੇ ID ਆ ਜਿਹੜੀ ਉਹ ਤੁਹਾਨੂੰ ਦਿੱਤੀ ਜਾਊਗੀ, ਤੁਸੀਂ ਉਹੀ ਡਰਾਈਵਰ ID ਅਤੇ ਪਾਸਵਰਡ ਦੇ ਨਾਲ ਆਪਣੀ ਯੂਨਿਟ ਨੂੰ ਲੌਗਇਨ ਕਰਨਾ ਆ। ਇਹਦੇ ਵਿੱਚ ਤੁਹਾਡੇ ਆਰਸ ਆਫ ਸਰਵਿਸ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ IVG ਯੂਨਿਟ ਦੇ ਵਿੱਚ ਆਪਣੇ ਆਪ ਚੱਲਣ ਲੱਗ ਜਾਣਗੀਆਂ। ਹੁਣ ਇੱਥੇ ਜੋ ਮੇਰਾ ID ਪਾਸਵਰਡ ਆ ਉਹਦੇ ਨਾਲ ਮੈਂ ਲੌਗਇਨ ਕਰ ਲਿਆ ਵਾ ਆਪਣੀ ਯੂਨਿਟ ਨੂੰ। ਅਤੇ ਇੱਥੇ ਮਤਲਬ ਆਪਣੇ ਕੋਲ ਪੁੱਛਦਾ ਆ ਚੀਜ਼, ਐਜ ਆ ਓਨਲੀ ਡਰਾਈਵਰ ਲੌਗਡ ਇਨ ਯੂ ਵਿਲ ਬੀ ਮੇਡ ਐਕਟਿਵ ਬਾਈ ਡਿਫੋਲਟ। ਹੁਣ ਜਿੱਦਾਂ ਇੱਥੇ ਆਪਣੇ ਕੋਲ ਪੁੱਛਦਾ ਆਪਾਂ ਨੂੰ ਉਹ ਕਿ ਤੁਸੀਂ ਐਕਟਿਵ ਆ ਗਏ ਹੁਣ ਅਤੇ ਇਨਐਕਟਿਵ ਹੋ, ਇੱਥੇ ਹਮੇਸ਼ਾ ਆਪਣਾ ਐਕਟਿਵ ਸਿਲੈਕਟ ਕਰਿਆ ਹੋਣਾ ਚਾਹੀਦਾ ਆ ਤਾਂ ਕਿ ਆਪਣੀ ਜਿਹੜੀ ਯੂਨਿਟ ਆ ਉਹ ਲੌਗਇਨ ਹੋ ਜਾਵੇ। ਇੱਥੇ ਓਕੇ ਦਾ ਬਟਨ ਹੈਗਾ, ਓਕੇ ਬਟਨ ਤੋਂ ਆਪਾਂ ਨੇ ਕਲਿੱਕ ਕਰ ਦੇਣਾ ਆ। ਉਸ ਤੋਂ ਬਾਅਦ ਜਿਹੜੀ ਦੂਜੀ ਚੀਜ਼ ਇਹਨੇ ਆਪਾਂ ਨੂੰ ਪੁੱਛਣੀ ਹੈਗੀ ਉਹ ਹੈਗੀ ਲੌਗਇਨ, ਚੇਂਜ ਕਰਨਾ ਆਪਾਂ ਇੱਥੇ ਡਿਊਟੀ ਦਾ ਸਟੇਟਸ। ਆਪਣੇ ਕੋਲ ਇੱਥੇ 3 ਆਪਸ਼ਨਾਂ ਨੇਗੀਆਂ, ਆਫ ਡਿਊਟੀ, ਔਨ ਡਿਊਟੀ ਅਤੇ ਸਲੀਪਰ। ਹੁਣ ਸਪੋਜ਼ ਕਰੋ ਤੁਸੀਂ ਆਪਣਾ ਸਟੇਟਸ ਚੇਂਜ ਕਰਨਾ ਆ, ਤੁਸੀਂ ਯਾਰਡ ਤੋਂ ਆਪਦਾ ਟਰੱਕ ਲੈ ਕੇ ਜਾ ਰਹੇ ਹੋ, ਔਨ ਡਿਊਟੀ ਪਾ ਕੇ ਤੁਸੀਂ ਸਾਰੀਆਂ ਚੀਜ਼ਾਂ ਮਤਲਬ ਕਰਨੀਆਂ ਨੇ ਜਿੱਦਾਂ ਆਪਾਂ ਪਿਛਲੇ ਯੂਨਿਟ ਦੇ ਵਿੱਚ PTI ਕਰਦੇ ਸੀਗੇ, ਉਹ ਸਾਰੀਆਂ ਚੀਜ਼ਾਂ ਆਪਾਂ ਇੱਥੇ ਪਰਫੋਰਮ ਕਰ ਸਕਦੇ ਹਾਂ। ਅਤੇ ਔਨ ਡਿਊਟੀ 'ਤੇ ਜਾ ਕੇ ਆਪਾਂ ਸਟੇਟਸ ਸਿਲੈਕਟ ਕਰ ਲਾਂਗੇ। ਹੁਣ ਜਿਹੜਾ ਮੇਰਾ IVG ਯੂਨਿਟ ਆ ਇਹ ਲੌਗਇਨ ਹੋ ਗਿਆ ਵਾ ID ਅਤੇ ਪਾਸਵਰਡ ਪਾਉਣ ਤੋਂ ਬਾਅਦ। ਇਸ ਤੋਂ ਬਿਨਾਂ ਜੇ ਕੋਈ ਬੰਦੇ ਦੋ ਜਾਣੇ ਮਤਲਬ ਟੀਮ 'ਚ ਚਲਾ ਰਹੇ ਨੇ, ਉਹਨਾਂ ਦਾ ਹੁਣ ਇੱਕ ਡਰਾਈਵਰ ਲੌਗਇਨ ਆ ਗਿਆ ਇੱਥੇ। ਹੁਣ ਇਸ ਤੋਂ ਬਿਨਾਂ ਉਹ ਇੱਥੇ ਐਡ ਵੀ ਕਰ ਸਕਦੇ ਨੇ ਇੱਕ ਹੋਰ ਡਰਾਈਵਰ, ਜਿਹਨੂੰ ਉਹ ਇਨਐਕਟਿਵ ਦੇ ਵਿੱਚ ਰੱਖ ਸਕਦੇ ਨੇ, ਅਤੇ ਜਿਹੜਾ ਦੂਜਾ ਡਰਾਈਵਰ ਹੋਊਗਾ ਉਹ ਆਲਰੇਡੀ ਆਪਣੇ ਕੋਲ ਐਕਟਿਵ ਆਊਗਾ ਉਹਦਾ ਸਟੇਟਸ, ਅਤੇ ਦੂਜਾ ਡਰਾਈਵਰ ਇਨਐਕਟਿਵ ਹੋ ਚੁੱਕਿਆ ਆ। ਮਤਲਬ ਦੋ ਡਰਾਈਵਰ ਸੇਮ ਦੇ ਵਿੱਚ ਲੌਗਇਨ ਕਰ ਸਕਦੇ ਆ। ਇੱਥੋਂ ਮੈਂ ਕੈਂਸਲ ਕਰ ਦੂੰਗੀ ਬਿਕਾਜ਼ ਮੈਂ ਇੱਕੋ ਹੀ ਡਰਾਈਵਰ ਲੌਗਇਨ ਕਰਨਾ ਵਾ। ਹੁਣ ਡਰਾਈਵਰ ਲੌਗਇਨ ਕਰਨ ਤੋਂ ਬਾਅਦ ਆਪਣੇ ਕੋਲ ਉੱਥੇ ਡਰਾਈਵਰ ਦਾ ਸਟੇਟਸ, ਉਹਦੀ ID ਅਤੇ ਲੌਗਇਨ ਟਾਈਮ, ਕਿਹੜੇ ਟਾਈਮ ਉਹਨੇ ਲੌਗਇਨ ਕੀਤਾ,
ਉਹਦੀ ਆਈ ਡੀ ਕੀ ਆ ਅਤੇ ਉਹਦਾ ਸਟੇਟਸ ਕੀ ਹੈਗਾ। ਇਸ ਤੋਂ ਬਿਨਾਂ ਆਪਣੇ ਕੋਲ ਆਪਾਂ ਨੂੰ ਕਿਸੇ ਵੀ ਚੀਜ਼, ਮਤਲਬ ਇਹਨੂੰ ਵਾਈਫਾਈ ਨਾਲ ਜਾਂ ਫਿਰ ਹੋਰ ਕਿਸੇ ਚੀਜ਼ ਨਾਲ ਆਪਾਂ ਨੂੰ ਇਹਨੂੰ ਕਨੈਕਟ ਕਰਨ ਦੀ ਲੋੜ ਨਹੀਂ। ਵਾਈਫਾਈ ਇਹਦੇ ਵਿੱਚ ਆਲਰੇਡੀ ਇੰਸਟਾਲ ਆ, ਇੱਥੇ ਤੁਹਾਨੂੰ ਸਿਗਨਲ ਦੱਸੇਗਾ, ਇੱਥੇ ਤੁਹਾਨੂੰ ਵਾਈਫਾਈ ਦੱਸੇਗਾ। ਇੱਥੇ ਇੱਕ ਹੋਰ ਚੀਜ਼ ਹੈਗੀ, ਤੁਸੀਂ ਆਪਣੀ ਯੂਨਿਟ ਨੂੰ ਮਿਊਟ ਕਰ ਸਕਦੇ ਹੋਗੇ, ਇਨਕੇਸ ਤੁਸੀਂ ਕੋਈ ਵੀ ਜਿਵੇਂ ਤੁਹਾਨੂੰ ਜਿਵੇਂ ਇਹ ਬੋਲਦਾ ਆ ਜਦੋਂ ਚੱਲਦਾ ਆ, ਤੁਸੀਂ ਨੇ ਮਤਲਬ ਇਹਦੀ ਵੋਇਸ ਨਹੀਂ ਸੁਣਨੀ, ਇੱਥੋਂ ਤੁਸੀਂ ਇਹਨੂੰ ਕਲਿੱਕ ਕਰਕੇ ਮਿਊਟ ਕਰ ਸਕਦੇ ਹੋਗੇ। ਇੱਥੇ ਮਤਲਬ ਮੈਂ ਹੁਣ ਆਪਣਾ ਜਿਹੜਾ ਯੂਨਿਟ ਆ ਉਹ ਵੋਇਸ 'ਤੇ ਰੱਖਿਆ ਹੋਇਆ ਆ, ਅਤੇ ਇਹ ਮਤਲਬ ਬੋਲੂਗਾ ਜਦੋਂ ਵੀ ਕੋਈ ਚੀਜ਼ ਹੋਊਗੀ, ਜਿਵੇਂ ਤੁਹਾਡੇ ਕਿੰਨੇ ਘੰਟੇ ਡਰਾਈਵਿੰਗ ਦੇ ਰਹਿ ਗਏ ਆ, ਕਦੋਂ ਤੁਸੀਂ ਬ੍ਰੇਕ ਲੈਣੀ ਆ, ਉਹ ਸਾਰੀਆਂ ਚੀਜ਼ਾਂ ਇਹ ਤੁਹਾਨੂੰ ਦੱਸੂਗਾ। ਇਸ ਤੋਂ ਬਿਨਾਂ ਆਪਣੇ ਕੋਲ ਜਿਹੜੀਆਂ ਦੋ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਨੇਗੀਆਂ, ਇੱਥੇ ਮੈਸੇਜ ਅਤੇ ਇਸ ਇੱਕ ਦੂਸਰੀ ਆਹ ਜਿਹੜੀ ਟ੍ਰੈਂਗਲ ਇੱਥੇ ਬਣੀ ਹੁੰਦੀ ਆ। ਜੇ ਕਦੇ ਵੀ ਤੁਹਾਡੀ ਇਹ ਵਾਲੀ ਟ੍ਰੈਂਗਲ ਆ ਜਿਹੜੀ ਇਹ ਰੈੱਡ ਸ਼ੋਅ ਕਰਦੀ ਆ, ਤਾਂ ਤੁਸੀਂ ਕੰਪਨੀ ਨੂੰ ਫੋਨ ਕਰਕੇ ਦੱਸਣਾ ਆ ਕਿ ਮੇਰੀ ਯੂਨਿਟ ਇਸ ਵਾਲਾ ਸਿਗਨਲ ਸ਼ੋਅ ਕਰਦੀ ਆ ਮੈਨੂੰ, ਇਹ ਰੈੱਡ ਆਗਾ, ਅਤੇ ਤੁਸੀਂ ਇਹਦੇ 'ਤੇ ਕਲਿੱਕ ਕਰਕੇ ਦੇਖਣਾ ਆ ਕਿ ਇੱਥੇ ਤੁਹਾਨੂੰ ਸਾਰੀਆਂ ਚੀਜ਼ਾਂ ਦੀ ਇਹ ਇਨਫੋਰਮੇਸ਼ਨ ਦਊਗੀ ਕਿ ਕੀ ਅਲਰਟ ਆ, ਕੀ ਟਾਈਮ ਆ, ਕੀ ਪ੍ਰੋਬਲਮ ਆ ਯੂਨਿਟ ਦੇ ਵਿੱਚ। ਤੁਸੀਂ ਉਹ ਸਾਰੀਆਂ ਚੀਜ਼ਾਂ ਕੰਪਨੀ ਨਾਲ ਕਨਫਰਮ ਕਰ ਸਕਦੇ ਹੋ। ਜਦੋਂ ਹੀ ਸਾਰੀਆਂ ਚੀਜ਼ਾਂ ਤੁਹਾਡੀਆਂ ਮਤਲਬ ਕਿ ਸਹੀ ਹੋ ਜਾਂਦੀਆਂ ਨੇ, ਉਦੋਂ ਤੁਸੀਂ ਉਹਨਾਂ ਨੂੰ ਡਿਲੀਟ ਕਰ ਸਕਦੇ ਹੋ। ਇਹ ਤਾਂ ਹੋਮ ਬਟਨ ਹੈਗਾ, ਜਿੱਦਾਂ ਆਪਣੇ ਫੋਨ ਦੇ ਉੱਪਰ ਹੋਮ ਬਟਨ ਹੁੰਦਾ ਆ, ਆਪਾਂ ਬੈਕ ਜਾਣਾ ਆ ਜਾਂ ਤਾਂ। ਹਾਂਜੀ, ਇੱਥੇ ਆਪਾਂ ਨੇ ਮਤਲਬ ਕਿ ਐਂਡ ਕੀਤਾ ਸੀ ਪਹਿਲਾਂ ਵੀਡੀਓ ਦਾ, ਹੁਣ ਆਪਣੇ ਕੋਲ ਡਰਾਈਵਰ ਵਹੀਕਲ ਇੰਸਪੈਕਸ਼ਨ ਰਿਕੁਐਸਟ ਆ। ਸਪੋਜ਼ ਕਰ ਲਓ ਕਿ ਤੁਹਾਡੇ ਟਰੱਕ ਦੀ, ਟ੍ਰੇਲਰ ਦੀ ਕੋਈ ਵੀ ਤੁਸੀਂ ਅਟੈਂਸ਼ਨ ਦੇਣੀ ਆ, ਮਤਲਬ ਸਪੋਜ਼ ਕਰ ਲਓ ਤੁਸੀਂ ਸੇਫਟੀ ਨੂੰ ਅਟੈਂਸ਼ਨ ਦੇਣੀ ਆ ਕਿ ਇਨਕੇਸ ਤੁਹਾਡੇ ਟਰੱਕ ਦੀ ਇੰਸਪੈਕਸ਼ਨ ਨਹੀਂ ਹੋਈ ਹੈਗੀ, ਜਾਂ ਫਿਰ ਐਨੂਅਲ ਇੰਸਪੈਕਸ਼ਨ ਰਹਿੰਦੀ ਆ, ਜਾਂ ਫਿਰ ਕੋਈ ਵੀ ਹੋਰ ਤੁਸੀਂ ਕਿਸੇ ਨੂੰ ਵੀ ਮਤਲਬ ਕਿ ਇੱਕ ਅਟੈਂਸ਼ਨ ਦੇਣੀ ਆ, ਤਾਂ ਇੱਥੇ ਤੁਸੀਂ ਪਾ ਦੋਗੇ ਸੇਫਟੀ। ਜਾਂ ਫਿਰ ਤੁਸੀਂ ਸਪੋਜ਼ ਕਰੋ ਮਿਸਟਰ ਰਾਏ ਨੂੰ ਰਿਮਾਇੰਡ ਕਰਾਉਣਾ, ਤੁਸੀਂ ਰਾਏ ਪਾ ਸਕਦੇ ਹੋ ਜਾਂ ਕੁਛ ਵੀ ਪਾ ਸਕਦੇ ਹੋ। ਇੱਥੇ ਜ਼ਿਆਦਾ ਜ਼ਰੂਰੀ ਇਹ ਨਹੀਂ ਹੈਗਾ, ਜ਼ਿਆਦਾ ਜ਼ਰੂਰੀ ਈਮੇਲ ਐਡਰੈੱਸ ਆ ਜਾਂ ਫਿਰ ਫੈਕਸ ਨੰਬਰ ਆ, ਉਹਨੂੰ ਤੁਸੀਂ ਸਾਰੀਆਂ ਚੀਜ਼ਾਂ ਨੂੰ ਫਿਲ ਅਪ ਕਰਕੇ ਇੱਕ ਮਤਲਬ ਆਪਣੇ ਕੋਲ ਰਿਪੋਰਟ ਆ ਜਾਂਦੀ ਆ ਆਪਣੇ ਸਿਸਟਮ ਦੇ ਵਿੱਚ। ਇੱਥੇ ਈਮੇਲ ਪਾ ਦੋਗੇ ਤੁਸੀਂ, ਇੱਥੇ ਤੁਸੀਂ ਫੈਕਸ ਨੰਬਰ ਪਾ ਸਕਦੇ ਹੋ। ਯੂਜਲੀ ਆਪਣਾ ਫੈਕਸ ਨੰਬਰ ਕੋਈ ਹੁੰਦਾ ਨਹੀਂ ਗਾ, ਸੋ ਈਮੇਲ ਇਜ਼ ਫਾਈਨ। ਸੋ ਆਪਾਂ ਡਨ 'ਤੇ ਕਲਿੱਕ ਕਰਕੇ ਇਹ ਤੁਸੀਂ ਡਨ ਕਰ ਸਕਦੇ ਹੋ। ਇੱਥੇ ਜਿਵੇਂ ਹੁਣ ਤੁਸੀਂ ਦੇਖਿਆ ਕਿ ਮੇਰੀ ਜਿਹੜੀ ਡਰਾਈਵਰ ਵਹੀਕਲ ਇੰਸਪੈਕਸ਼ਨ ਆ ਉਹ ਸੈਂਡ ਹੋ ਚੁੱਕੀ ਹੈ। ਇਸ ਤੋਂ ਬਾਅਦ ਆਪਣੇ ਕੋਈ ਇੱਕ ਸਿਟੀ ਪੈਡ ਵਾਲਾ ਫੋਰਮ ਹੈਗਾ, ਉਹ ਵੀ ਤੁਸੀਂ ਮਤਲਬ ਫਿਲਅਪ ਕਰ ਸਕਦੇ ਹੋਗੇ। ਇਹਦੇ ਵਿੱਚ ਇੰਸਪੈਕਸ਼ਨ ਕੰਪਲੀਟ ਯੈਸ, ਸਪੋਜ਼ ਕਰ ਲਓ ਤੁਸੀਂ ਮਤਲਬ ਕਿ ਇਹ ਵਾਲੀ ਇੰਸਪੈਕਸ਼ਨ ਕਰ ਰਹੇ ਹੋ, ਸਿਟੀ ਪੈਡ ਫੋਰਮ ਫਿਲਅਪ ਕਰ ਰਹੇ ਹੋ, ਟ੍ਰਿਪ ਨੰਬਰ, ਆਰਡਰ ਨੰਬਰ ਜਿਹੜਾ ਤੁਹਾਨੂੰ ਡਿਸਪੈਚ ਦਿੰਦਾ ਆ, ਟ੍ਰੇਲਰ ਲੋਡਿੰਗ ਪੁਆਇੰਟ ਕਿੱਥੇ ਤੁਸੀਂ ਮਤਲਬ ਟ੍ਰੇਲਰ ਨੂੰ ਲੋਡ ਕਰਵਾ ਰਹੇ ਹੋ ਜਾਂ ਕਿੱਥੇ ਵੀ ਹੋ ਰਿਹਾ ਵਾ ਉੱਥੇ ਦਾ ਐਡਰੈਸ, ਐਂਡ ਦੈਨ ਬਿੱਲ ਆਫ ਲੇਡਿੰਗ ਨੰਬਰ, ਇਹ ਵੀ ਤੁਹਾਡੇ ਕੋਲ ਡਿਸਪੈਚ ਪ੍ਰੋਵਾਈਡ ਕਰਦਾ। ਵਿਊਡ ਟ੍ਰੇਲਰ ਲੋਡਿੰਗ, ਮਤਲਬ ਜਦੋਂ ਟ੍ਰੇਲਰ ਲੋਡ ਹੋ ਰਿਹਾ ਸੀ ਉਸ ਟਾਈਮ ਤੁਸੀਂ ਦੇਖ ਰਹੇ ਸੀਗੇ ਉਹਨੂੰ ਕਿ ਹਾਂਜੀ ਵੀ ਮੇਰਾ ਟ੍ਰੇਲਰ ਆ ਜਿਹੜਾ ਉਹ ਲੋਡ ਹੋ ਰਿਹਾ ਆ। ਇੱਥੇ ਤੁਸੀਂ ਇਸ ਚੀਜ਼ ਨੂੰ ਯੈਸ ਕਰ ਸਕਦੇ ਹੋਗੇ। ਅਤੇ ਇਸ ਤੋਂ ਬਾਅਦ ਤੁਹਾਡੇ ਕੋਲ ਹੈਗਾ ਕਿ ਜਿਹੜਾ ਬਿੱਲ ਆਫ ਲੇਡਿੰਗ ਲੋਡ ਐਂਡ ਪੀਸ ਕਾਊਂਟ ਵੈਰੀਫਾਈਡ, ਬਿੱਲ ਆਫ ਲੋਡ ਲੇਡਿੰਗ ਮਤਲਬ ਤੁਹਾਡਾ ਲੋਡ ਆ ਜਿਹੜਾ ਉਹ ਵੈਰੀਫਾਈਡ ਹੈਗਾ, ਯੈਸ ਕਰ ਸਕਦੇ ਹੋ। ਸੀਲ ਨੰਬਰ ਮਤਲਬ ਇੱਥੇ ਤੁਸੀਂ ਪਾ ਸਕਦੇ ਹੋ, ਸੀਲ ਨੰਬਰ 1, ਸੀਲ ਨੰਬਰ 2, ਸੀਲ ਇੰਟੈਕਟ ਮਤਲਬ ਸੀਲ ਤੁਹਾਡੇ ਟ੍ਰੇਲਰ ਨੂੰ ਲੱਗੀ ਹੋਈ ਆ, ਯੈਸ। ਸੀਲ ਰਿਮੂਵਡ ਇਨ ਟ੍ਰਾਂਜ਼ਿਟ ਬਾਏ, ਕਿਸੇ ਨੇ ਤੁਹਾਡੀ ਸੀਲ ਨੂੰ ਰਿਮੂਵ ਕੀਤਾ ਆ।
ਉਹਦੇ ਲਈ ਤੁਸੀਂ ਇੱਥੇ ਪਾ ਸਕਦੇ ਹੋ ਯੈਸ ਜਾਂ ਨੋ। ਸੀਲ ਨੰਬਰ ਐਂਡ ਲੋਕੇਸ਼ਨ ਸੇਮ ਐਜ਼ ਬਿੱਲ ਆਫ ਲੇਡਿੰਗ, ਜਿਹੜਾ ਤੁਹਾਡਾ ਸੀਲ ਨੰਬਰ ਜੋ ਤੁਹਾਡੇ ਬਿੱਲ ਆਫ ਲੇਡਿੰਗ 'ਤੇ ਜਿੰਨਾ ਨੰਬਰ ਲਿਖਿਆ ਹੋਇਆ ਆ ਉਹ ਮਤਲਬ ਸੇਮ ਨੇ ਦੋਨੇ ਚੀਜ਼ਾਂ, ਜੋ ਤੁਹਾਡੇ ਟੇਲਰ ਨੂੰ ਸੀਲ ਲੱਗੀ ਆ ਅਤੇ ਜਿਹੜੀ ਬਿੱਲ ਆਫ ਲੇਡਿੰਗ 'ਤੇ ਲਿਖੀ ਆ ਉਹ ਦੋਨੇ ਮਤਲਬ ਸੇਮ ਨੇਗੀਆਂ, ਤਾਂ ਤੁਸੀਂ ਇੱਥੇ ਯੈਸ। ਉਸ ਤੋਂ ਬਾਅਦ ਸੀਲ ਚੇਂਜ ਐਂਡ ਰਿਪੋਰਟਡ ਟੂ ਡਿਸਪੈਚ, ਇਨ ਕੇਸ ਤੁਹਾਡੀ ਸੀਲ ਬਰੋਕਨ ਆ ਜਾਂ ਕੁਛ ਵੀ ਕੋਈ ਪ੍ਰੋਬਲਮ ਹੈਗੀ ਆ, ਤੁਸੀਂ ਸੀਲ ਨੂੰ ਰਿਮੂਵ ਕਰ ਰਹੇ ਹੋ ਅਤੇ ਰਿਪੋਰਟ ਕਰਨਾ ਤੁਸੀਂ ਉਹ ਚੀਜ਼ ਡਿਸਪੈਚ ਨੂੰ, ਸੋ ਦੈਟ ਕਿ ਆਪਣਾ ਜਿਹੜਾ ਬਿੱਲ ਆਫ ਲੇਡਿੰਗ 'ਤੇ ਜੋ ਸੀਲ ਨੰਬਰ ਆ ਉਹ ਸੇਮ ਹੋਵੇ, ਤਾਂ ਵੀ ਉਹ ਡਿਸਪੈਚ ਚੇਂਜ ਕਰਦਾ ਆ। ਸੋ ਤੁਸੀਂ ਮਤਲਬ ਉਹ ਚੀਜ਼ ਸੀਲ ਨੂੰ ਚੇਂਜ ਕਰਕੇ ਰਿਪੋਰਟ ਕੀਤਾ ਡਿਸਪੈਚ ਨੂੰ, ਯੈਸ। ਅਗਰ ਮਤਲਬ ਚੇਂਜ ਨਹੀਂ ਕੀਤੀ ਸੀਲ ਤਾਂ ਤੁਸੀਂ ਇੱਥੇ ਨੋ ਹੀ ਲਿਖ ਸਕਦੇ ਹੋ। ਇੱਕ ਜੇ ਤੁਹਾਡੇ ਕੋਈ ਕੋਈ ਕਮੈਂਟ ਹੈਗਾ ਆ ਐਕਸਟਰਾ ਪਾਉਣ ਵਾਲਾ, ਮਤਲਬ ਤੁਸੀਂ ਡਿਸਪੈਚ ਨੂੰ ਕੁਛ ਐਕਸਪਲੇਨ ਕਰਨਾ ਆ ਕਿ ਹਾਂਜੀ ਆਹ ਪ੍ਰੋਬਲਮ ਸੀਗੀ, ਦੈਟਸ ਵਾਈ ਆਈ ਰਿਮੂਵਡ ਸੀਲ, ਐਂਡ ਜੋ ਵੀ ਚੀਜ਼ਾਂ ਹੈਗੀਆਂ ਉਹ ਤੁਸੀਂ ਲਿਖ ਸਕਦੇ ਹੋ। ਇੱਥੇ ਤੁਸੀਂ ਲੋਕੇਸ਼ਨ ਟਾਈਪ ਸਿਲੈਕਟ ਕਰ ਸਕਦੇ ਹੋ, ਇੱਥੇ ਤੁਸੀਂ ਲੋਕੇਸ਼ਨ ਟਾਈਪ ਸਿਲੈਕਟ ਕਰ ਸਕਦੇ ਹੋ। ਸਪੋਜ਼ ਤੁਸੀਂ ਸ਼ਿਪਰ ਦੇ ਸੀਗੇ ਜਾਂ ਫਿਰ ਕੋਸਾਈਨ ਹੀ ਸੀਗੇ ਜਾਂ ਫਿਰ ਬਾਰਡਰ 'ਤੇ ਸੀਗੇ ਜਾਂ ਫਿਰ ਕੋਈ ਅਦਰ, ਤੁਸੀਂ ਇਹਨਾਂ 'ਚੋਂ ਮਤਲਬ ਸਪੋਜ਼ ਤੁਹਾਡੀ ਮਤਲਬ ਇਹ ਵਾਲੀ ਇੰਸਪੈਕਸ਼ਨ ਤੁਸੀਂ ਬਾਰਡਰ 'ਤੇ ਕਰ ਰਹੇ ਹੋ ਤਾਂ ਤੁਸੀਂ ਬਾਰਡਰ ਲਿਖ ਦੇਣਾ, ਬਿਕੋਜ਼ ਉੱਥੇ ਆਪਣਾ ਕਈ ਵਾਰੀ ਸੀਲਸ ਵਗੈਰਾ ਚੈੱਕ ਹੁੰਦੀਆਂ ਨੇਗੀਆਂ ਅਤੇ ਉਹ ਮਤਲਬ ਪੇਪਰ ਵਰਕ ਤੋਂ ਚੈੱਕ ਕਰਦੇ ਆ ਕਿ ਜਿਹੜੀਆਂ ਬਿੱਲ ਆਫ ਲੇਡਿੰਗ 'ਤੇ ਤੁਹਾਡੀਆਂ ਮਤਲਬ ਜੋ ਨੰਬਰ ਹੈਗੇ ਉਹ ਸੇਮ ਨੇਗੇ ਜੋ ਤੁਹਾਡੇ ਟ੍ਰੇਲਰ 'ਤੇ ਲੱਗੇ ਨੇ। ਸੋ ਉਸ ਤੋਂ ਬਾਅਦ ਇੱਥੇ ਤੁਸੀਂ ਇਹ ਵਾਲੀ ਰਿਪੋਰਟ ਸੈਂਡ ਕਰ ਦੇਣੀ ਆ, ਦੈਨ ਤੁਸੀਂ ਆਈ ਐਗਰੀ 'ਤੇ ਕਲਿੱਕ ਕਰਕੇ ਇਸ ਰਿਪੋਰਟ ਨੂੰ ਸਬਮਿਟ ਕਰ ਦੇਣਾ ਆ ਡਨ ਕਰਕੇ। ਇਹ ਆਪਣੇ ਕੋਲ ਸਿਟੀ ਪੈਟ ਫਾਰਮ ਦੀ ਜੋ ਰਿਪੋਰਟ ਆ ਆਪਣੇ ਸਿਸਟਮ ਦੇ ਵਿੱਚ ਜਨਰੇਟ ਹੋ ਜੂਗੀ। ਇਸ ਤੋਂ ਬਾਅਦ ਇਹ ਡਨ ਹੋ ਗਿਆ ਜੀ, ਸੇਮ ਤੁਸੀਂ ਕੈਂਸਲ ਕਰ ਸਕਦੇ ਹੋ ਡਨ ਕਰਨ ਤੋਂ ਬਾਅਦ, ਜਾਂ ਫਿਰ ਤੁਸੀਂ ਹੋਮ ਬਟਨ 'ਤੇ ਜਾ ਕੇ ਇਸਨੂੰ ਲੋਗਆਊਟ ਮਤਲਬ ਕਿ ਬੰਦ ਕਰ ਸਕਦੇ ਹੋ। ਇਹ ਤੁਹਾਡਾ ਵਰਕਫਲੋ ਇੰਜਨ ਸੀਗਾ। ਉਸ ਤੋਂ ਬਾਅਦ ਸਭ ਤੋਂ ਜਿਹੜਾ ਆਪਣਾ ਮੇਨ ਹੈਗਾ ਉਹ ਹੈਗਾ ਆਰਜ ਆਫ ਸਰਵਿਸ ਦਾ। ਇੱਥੇ ਆਪਣੇ ਕੋਲ ਪਹਿਲਾਂ ਤੁਹਾਨੂੰ ਇਹ ਵਾਲਾ ਮੈਸੇਜ, ਮਤਲਬ ਜਦੋਂ ਵੀ ਤੁਸੀਂ ਲੋਗਆਊਟ ਕਰਦੇ ਹੋ ਹਰ ਵਾਰ ਆਪਣੀ ਯੂਨਿਟ ਨੂੰ, ਤੁਹਾਨੂੰ ਇੱਕ ਇਹ ਜਿਹੜੇ ਆਪਣੇ ਲੋਗਸ ਨੇ ਉਹ ਸਰਟੀਫਾਈਡ ਕਰਨੇ ਹੁੰਦੇ ਨੇਗੇ ਕਿ ਹਾਂਜੀ ਵੀ ਮੈਂ ਜੋ ਲੋਗ ਬਣਾਏ ਆ ਉਹ ਬਿਲਕੁਲ ਸਹੀ ਨੇ, ਅਤੇ ਉਹੀ ਆਪਣੇ ਸਿਸਟਮ ਦੇ ਵਿੱਚ ਸੈਂਡ ਹੋ ਜਾਣੇ ਆ। ਇੱਕ ਵਾਰੀ ਸੈਂਡ ਕੀਤੇ ਗਏ ਲੋਗ ਇਹਦੇ ਵਿੱਚ ਆਪਾਂ ਕਰੈਕਟ ਨਹੀਂ ਕਰ ਸਕਦੇ ਹੈਗੇ। ਇਹਦੇ ਵਿੱਚ ਆਪਾਂ ਜੋ ਲੋਗ ਇੱਕ ਵਾਰੀ ਸੈਂਡ ਕਰ ਦਿੱਤੇ ਨੇ ਉਹ ਆਪਾਂ ਦੁਬਾਰਾ ਤੋਂ ਕਰੈਕਟ ਨਹੀਂ ਕਰ ਸਕਦੇ ਹੈਗੇ। ਅਗਰ ਤੁਹਾਨੂੰ ਕੋਈ ਕਰੈਕਸ਼ਨ ਚਾਹੀਦੀ ਆ ਉਹਦੇ ਲਈ ਆਪਾਂ ਨੂੰ ਬਹੁਤ ਸਾਰਾ ਲੰਬਾ ਪ੍ਰੋਸੀਜਰ ਫੋਲੋ ਕਰਨਾ ਪਊਗਾ। ਸੋ ਮੇਕ ਸ਼ੋਰ ਕਰਨਾ ਕਿ ਜਿਹੜੇ ਤੁਹਾਡੇ ਲੋਗਸ ਨੇ ਉਹ ਆਲਵੇਜ਼ ਕਰੈਕਟ ਹੋਣ। ਹਾਂਜੀ, ਇਹ ਹੈਗੀ ਸਰਟੀਫਿਕੇਸ਼ਨ ਵਾਲੀ ਲੋਗਸ ਦੀ ਸਰਟੀਫਿਕੇਸ਼ਨ। ਜਦੋਂ ਵੀ ਤੁਸੀਂ ਆਪਣਾ ਡੇ ਐਂਡ ਕਰਦੇ ਹੋਗੇ ਹਰ ਇੱਕ ਦਿਨ ਤੁਸੀਂ ਆਪਣੇ ਜਿਹੜੇ ਲੋਗਸ ਨੇ ਇੱਥੇ ਆਹ ਵਾਲੇ ਬਟਨ 'ਤੇ ਜਾ ਕੇ ਸਰਟੀਫਾਈ ਕਰਨੇ ਨੇ, ਕਿਉਂਕਿ ਅਗਰ ਤੁਸੀਂ ਇਹਨਾਂ ਨੂੰ ਸਰਟੀਫਾਈ ਨਹੀਂ ਕਰਦੇ ਮਤਲਬ ਤੁਸੀਂ ਆਪਣੇ ਲੋਗਸ ਨੂੰ ਅਪਰੂਵ ਨਹੀਂ ਕੀਤਾ ਹੈਗਾ, ਜੋ ਵੀ ਤੁਹਾਡੇ ਮਤਲਬ ਦਿਨ ਦੇ ਘੰਟੇ ਆ ਪੂਰੇ ਉਹ ਕੱਟੇ ਗਏ ਨੇਗੇ, ਕਿਉਂਕਿ ਉਹਦਾ ਆਪਣੇ ਕੋਲ ਕੋਈ ਰੈਕਰਡ ਨਹੀਂ ਹੈਗਾ ਕਿ ਤੁਸੀਂ ਕਿੰਨੇ ਘੰਟੇ ਡਰਾਈਵਿੰਗ ਕੀਤੀ ਆ ਜਦੋਂ ਤੱਕ ਤੁਸੀਂ ਆਪਣੇ ਲੋਗਸ ਸਰਟੀਫਾਈ ਨਹੀਂ ਕਰਦੇ ਹੈਗੇ। ਅਤੇ ਇੱਥੋਂ ਤੁਹਾਨੂੰ ਐਡਿਟ ਦੀ ਆਪਸ਼ਨ ਨਹੀਂ ਆਏਗੀ, ਤੁਸੀਂ ਕੁਛ ਨਹੀਂ ਕਰ ਸਕਦੇ ਹੈਗੇ, ਬਿਕੋਜ਼ ਇਹ ELD ਹੈਗਾ। ਇਹ ਆਪਾਂ ਡੈਮੋ ਲਈ ਯੂਜ਼ ਕਰ ਰਹੇ ਹਾਂ, ਸੋ ਆਪਣੇ ਕੋਲ ਇੱਥੇ ਸ਼ੋ ਕਰਦਾ, ਬਟ ਤੁਹਾਨੂੰ ਇਹੋ ਜਿਹੀ ਕੋਈ ਆਪਸ਼ਨ ਨਹੀਂ ਆਏਗੀ। ਸੋ ਇਹ ਤੁਹਾਡੀ ਜ਼ਿੰਮੇਵਾਰੀ ਆ ਕਿ ਰੋਜ਼ ਤੁਸੀਂ ਆਪਣੇ ਜਿਹੜੇ ਲੋਗਸ ਨੇ ਉਹ ਸਰਟੀਫਾਈ ਕਰਨੇ ਨੇ। ਇਸ ਤੋਂ ਬਿਨਾਂ ਜੇ ਇੱਕ ਆਪਣੇ ਕੋਲ ਆਰਜ਼ ਆਫ ਹਾਂਜੀ ਇੱਕ ਹੋਰ ਚੀਜ਼ ਤੁਹਾਨੂੰ ਦੱਸਣੀ ਆ ਕਿ ਜਦੋਂ ਤੱਕ ਤੁਸੀਂ ਲੋਗ ਸਰਟੀਫਾਈ ਨਹੀਂ ਕਰਦੇ ਤੁਹਾਡੇ ਇਸ ਯੂਨਿਟ ਨੇ ਮਤਲਬ ਲੋਗਇਨ ਨਹੀਂ ਲੋਗਆਊਟ ਨਹੀਂ ਹੋਣਾ ਹੈਗਾ। ਅਤੇ ਇੱਥੇ ਤੁਹਾਨੂੰ ਫਿਰ ਪਿਛਲੇ ਦਿਨਾਂ ਦੇ ਵਿੱਚ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਿ ਮੇਰੇ ਸਾਰੇ ਲੋਗਸ ਨੇ ਜਿਹੜੇ ਉਹ ਸੈਂਡ ਹੋਏ ਹੋਏ ਨੇਗੇ, ਮਤਲਬ ਕਿ ਵੀ ਮੈਂ ਸੈਂਡ ਕੀਤੇ ਨੇਗੇ। ਅਤੇ ਜੇ ਤੁਹਾਨੂੰ ਇੱਥੇ ਕੋਈ ਵੀ ਬਟਨ ਆ ਜਿਹੜਾ ਜਿਵੇਂ ਹੁਣ ਆਹ ਬਟਨ ਆ ਜਿਹੜੇ ਉਹ ਬਿਲਕੁਲ ਬਲਰ ਹੋ ਗਏ ਨੇ, ਬਿਕੋਜ਼ ਆਪਣੇ ਜਿਹੜੇ ਲੋਗਸ ਨੇਗੇ ਉਹ ਸੈਂਡ ਹੋਏ ਹੋਏ ਨੇ। ਅਗਰ ਤੁਹਾਡੇ ਆਹ ਵਾਲੇ ਬਟਨ ਮਤਲਬ ਸਪੈਸ਼ਲੀ ਆ ਸਰਟੀਫਾਈਡ ਵਾਲਾ ਬਟਨ ਬਲਰ ਨਹੀਂ ਹੈਗਾ, ਮਤਲਬ ਤੁਹਾਡੇ ਲੋਗਸ ਸੈਂਡ ਨਹੀਂ ਹੋਏ ਹੋਏਗੇ, ਇਹ ਵੀ ਤੁਸੀਂ ਚੀਜ਼ ਬੈਕ ਜਾ ਕੇ ਚੈੱਕ ਕਰ ਸਕਦੇ ਹੋ। ਬਟ ਸਭ ਤੋਂ ਵੱਡੀ ਗੱਲ ਇਹ ਆ ਕਿ ਉਦੋਂ ਤੱਕ ਇਹਨੇ ਲੋਗਆਊਟ ਨਹੀਂ ਹੋਣਾ ਜਦੋਂ ਤੱਕ ਤੁਸੀਂ ਲੋਗਸ ਸਰਟੀਫਾਈ ਨਹੀਂ ਕਰਦੇ ਹੈਗੇ। ਇਸ ਤੋਂ ਬਿਨਾਂ ਜੀ ਇੱਕ ਜਿਹੜੀ ਆਪਾਂ ਹੋਰ ਰਿਪੋਰਟ ਬਣਾਉਂਦੇ ਹਾਂ ਉਹ ਹੈਗੀ ਲੋਡ ਦੀ ਰਿਪੋਰਟ। ਜਦੋਂ ਵੀ ਤੁਸੀਂ ਕੋਈ ਲੋਡ ਪਿਕਅਪ ਕਰਦੇ ਹੋ, ਚਾਹੇ ਤੁਸੀਂ
ਮਤਲਬ ਆਪਣੇ ਯਾਰਡ ਤੋਂ ਲੈ ਕੇ ਜਾਂਦੇ ਹੋ ਜਾਂ ਫਿਰ ਤੁਸੀਂ ਕਿਤੋਂ ਹੋਰ ਵੀ ਕੋਈ ਲੋਡ ਪਿਕਅਪ ਕਰਦੇ ਹੋ ਤਾਂ ਹਰ ਵਾਰੀ ਤੁਸੀਂ ਲੋਡ ਦੀ ਇਨਫੋਰਮੇਸ਼ਨ ਜਿਹੜੀ ਆ ਉਹ ਸੈਂਡ ਕਰਨੀ ਆ ਆਪਾਂ ਨੂੰ ਕਿ ਹਾਂਜੀ ਵੀ ਆਹ ਵਾਲਾ ਲੋਡ ਆ ਅਤੇ ਇਹ ਵਾਲਾ ਮੈਂ ਚੱਕਿਆ ਵਾ। ਨਿਊ ਲੋਡ 'ਤੇ ਜਾਓਗੇ ਤੁਸੀਂ, ਲੋਡ ਆਈ ਡੀ ਜੋ ਵੀ ਤੁਹਾਨੂੰ ਡਿਸਪੈਚ ਪੇਪਰ ਵਰਕ ਪ੍ਰੋਵਾਈਡ ਕਰਦਾ ਆ ਉਹਦੇ ਉੱਤੇ ਤੁਹਾਨੂੰ ਇੱਕ ਲੋਡ ਆਈ ਡੀ ਮਿਲਦੀ ਆ, ਉਹ ਪੇਪਰ ਵਰਕ ਤੋਂ ਦੇਖ ਕੇ ਤੁਸੀਂ ਲੋਡ ਆਈ ਡੀ ਪਾਉਣੀ ਆ। ਇੱਥੇ ਤੁਸੀਂ ਟ੍ਰੇਲਰ ਵਨ ਰਿਕੁਆਇਰਡ, ਮਤਲਬ ਇੱਕ ਤਾਂ ਟ੍ਰੇਲਰ ਪੱਕਾ ਹੀ ਤੁਹਾਡੇ ਕੋਲ ਹੋਣਾ ਚਾਹੀਦਾ ਆ। ਇੱਥੇ ਤੁਸੀਂ ਟ੍ਰੇਲਰ ਵਨ ਰਿਕੁਆਇਰਡ ਦੇ ਵਿੱਚ ਤੁਸੀਂ ਟ੍ਰੇਲਰ ਦਾ ਨੰਬਰ ਪਾ ਸਕਦੇ ਹੋਗੇ, 1, 2, 3, 4 ਪਾ ਸਕਦੇ ਹੋ, ਤੁਹਾਡੀ ਮਰਜ਼ੀ ਆ। ਮਤਲਬ ਜੋ ਵੀ ਤੁਹਾਡੇ ਕੋਲ ਟ੍ਰੇਲਰ ਆ ਉੱਥੇ ਤੁਸੀਂ ਇਹ ਵਾਲੀ ਚੀਜ਼ ਪਾਉਣੀ ਆ। ਲੋਡ ਆਈ ਡੀ ਸਪੋਜ਼ ਕਰ ਲਓ ਹੁਣ ਮੇਰੇ ਕੋਲ OP123 ਜਾਂ ਕੁਛ ਵੀ ਹੈਗੀ ਆ, ਮੈਂ ਇੱਥੇ ਫਿਲਅਪ ਕਰਤੀ। ਸਟਾਰਟ ਡੇਟ ਅੱਜ ਦੀ ਡੇਟ, ਟ੍ਰੇਲਰ ਟੂ ਆਪਣੇ ਕੋਲ ਮੈਂਡੇਟਰੀ ਨਹੀਂ ਹੈਗਾ, ਬਿਕਾਜ਼ ਆਪਾਂ ਆਲਵੇਜ਼ ਇੱਕ ਟ੍ਰੇਲਰ ਤਾਂ ਹੁੰਦਾ ਹੀ ਹੁੰਦਾ, ਸੋ ਇੱਕ ਰਿਕੁਆਇਰ ਆ। ਅਗਰ ਤੁਹਾਡੇ ਕੋਲ 2 ਟ੍ਰੇਲਰ ਆ ਗਏ ਤੁਸੀਂ 2 ਵੀ ਪਾ ਸਕਦੇ ਹੋ, 3 ਆ ਤਾਂ 3 ਵੀ ਪਾ ਸਕਦੇ ਹੋ। ਇੱਥੇ ਤੁਸੀਂ ਪਾਉਣਾ ਬਿੱਲ ਆਫ ਲੇਡਿੰਗ ਨੰਬਰ, ਇਹ ਵੀ ਤੁਹਾਨੂੰ ਜੋ ਡਿਸਪੈਚ ਪੇਪਰ ਵਰਕ ਪ੍ਰੋਵਾਈਡ ਕਰਦਾ ਆ ਉਹਦੇ ਵਿੱਚ ਬਿੱਲ ਆਫ ਲੇਡਿੰਗ ਨੰਬਰ ਹੁੰਦਾ ਆ। ਇਹ ਬਿੱਲ ਆਫ ਲੇਡਿੰਗ ਨੰਬਰ ਕੁਛ ਵੀ ਹੋ ਸਕਦਾ ਆ, ਸੋ ਤੁਸੀਂ ਆਪਣੇ ਪੇਪਰ ਵਰਕ ਤੋਂ ਚੈੱਕ ਕਰਕੇ ਉਹ ਬਿੱਲ ਆਫ ਲੇਡਿੰਗ ਨੰਬਰ ਇੱਥੇ ਪਾਉਣਾ ਆ। ਉਸ ਤੋਂ ਬਾਅਦ ਤੁਸੀਂ ਓਕੇ ਕਰ ਦੋਗੇ। ਇਹ ਆਪਣੇ ਕੋਲ ਇੱਕ ਜਦੋਂ ਵੀ ਤੁਸੀਂ ਮਤਲਬ ਲੋਡ ਚੱਕ ਦਿਓਗੇ ਤਾਂ ਮੈਂ ਜੋ ਜੋ ਇਨਫੋਰਮੇਸ਼ਨ ਇੱਥੇ ਭਰੀ ਸੀਗੀ ਉਹ ਸਾਰੀ ਮੇਰੇ ਕੋਲ ਇੱਥੇ ਆ ਚੁੱਕੀ ਆ। ਹੁਣ ਇਹ ਵਾਲੀ ਚੀਜ਼ ਹਮੇਸ਼ਾ ਇੱਥੇ ਰਹੂਗੀ। ਅਗਰ ਮੈਂ ਇਹਦੇ 'ਚ ਕੋਈ ਐਡੀਟਿੰਗ ਕਰਨੀ ਆ ਸਟਿਲ, ਮੈਂ ਐਡੀਟਿੰਗ ਕਰ ਸਕਦੀ ਹਾਂ ਅਤੇ ਪਰ ਇੱਥੇ ਆਪਾਂ ਕੋਈ ਐਡੀਟਿੰਗ ਨਹੀਂ ਕਰ ਰਹੇ, ਓਕੇ ਕਰਕੇ ਮਤਲਬ ਰਿਪੋਰਟ ਸੈਂਡ ਹੋ ਗਈ ਆ। ਉਸ ਤੋਂ ਬਾਅਦ ਅਗਰ ਹੁਣ ਤੁਸੀਂ ਤੁਸੀਂ ਇੱਥੋਂ ਕੈਲੇਡਨ ਤੋਂ ਲੋਡ ਲੈ ਕੇ ਗਏ ਸੀ, ਇਹ ਉਹਦੀ ਇਨਫੋਰਮੇਸ਼ਨ ਆ ਸਾਰੀ। ਹੁਣ ਤੁਸੀਂ US ਦੇ ਵਿੱਚ ਕਿਤੇ ਵੀ ਪਹੁੰਚ ਗਏ ਹੋ, ਸਪੋਜ਼ ਤੁਸੀਂ ਟੈਕਸਸ ਪਹੁੰਚ ਗਏ ਹੋ, ਉੱਥੋਂ ਤੁਸੀਂ ਇੱਕ ਨਿਊ ਲੋਡ ਪਿਕਅਪ ਕਰ ਰਹੇ ਹੋ, ਨਿਊ ਲੋਡ 'ਤੇ ਜਾਓਗੇ, ਇੱਥੇ ਸਾਰੀ ਇਨਫੋਰਮੇਸ਼ਨ ਪਾਓਗੇ ਜੋ ਵੀ ਤੁਹਾਡੇ ਉਹ ਪੇਪਰ ਵਰਕ 'ਤੇ ਹੈਗੀ ਆ ਉਹਨੂੰ ਓਕੇ ਕਰ ਦੋਗੇ। ਸੋ ਇੱਥੇ ਜਦ ਤੱਕ ਮੈਂ ਕੁਛ ਵੀ ਨਹੀਂ ਭਰਿਆ ਹੈਗਾ, ਇਹ ਮੈਨੂੰ ਇੱਕ ਐਰਰ ਮੈਸੇਜ ਦੇ ਰਿਹਾ ਕਿ ਲੋਡ ਆਈ ਡੀ ਇਜ਼ ਰਿਕੁਆਇਰਡ। ਲੋਡ ਆਈ ਡੀ ਹਮੇਸ਼ਾ ਆਪਾਂ ਨੂੰ ਚਾਹੀਦੀ ਹੈ, ਉਦੋਂ ਤੱਕ ਹੀ ਸੈਂਡ ਨਹੀਂ ਹੋਣਾ ਹੈਗਾ। ਇੱਥੇ ਉਹ ਜਾ ਕੇ ਮੈਂ ਹਿਸਟਰੀ ਵੀ ਦੇਖ ਸਕਦੀ ਹਾਂ। ਸਪੋਜ਼ ਕਰ ਲਓ ਤੁਸੀਂ ਲੋਡ ਪਿਕਅਪ ਕਰ ਰਹੇ ਹੋ, ਸਾਨੂੰ ਸਿਸਟਮ ਦੇ ਵਿੱਚ ਕੋਈ ਵੀ ਤੁਹਾਡੀ ਲੋਡ ਆਈ ਡੀ ਦੀ ਮਤਲਬ ਲੋਡ ਦੀ ਜੋ ਹਿਸਟਰੀ ਆ ਉਹਦੀ ਰਿਪੋਰਟ ਨਹੀਂ ਆਈ ਹੈਗੀ, ਤਾਂ ਆਪਾਂ ਤੁਹਾਨੂੰ ਪੁੱਛ ਸਕਦੇ ਹਾਂ ਕਿ ਹਾਂਜੀ ਤੁਸੀਂ ਇਹ ਲੋਡ ਦੀ ਜਿਹੜੀ ਹਿਸਟਰੀ ਆ ਮਤਲਬ ਤੁਹਾਡੀ IVG ਯੂਨਿਟ ਤੋਂ ਆਪਾਂ ਚੈੱਕ ਕਰ ਸਕਦੇ ਹਾਂ ਕਿ ਵੀ ਆਪਾਂ ਤੁਸੀਂ ਲੋਡ ਆਈ ਡੀ ਕਦੋਂ ਤੁਸੀਂ ਲੋਡ ਚੱਕਿਆ, ਪਰ ਤੁਸੀਂ ਲੋਡ ਦੀ ਕੋਈ ਹਿਸਟਰੀ ਨਹੀਂ ਬਣਾਈ ਹੈਗੀ, ਮਤਲਬ ਤੁਸੀਂ ਲੋਡ ਦੀ ਆਈ ਡੀ ਨਹੀਂ ਭਰੀ ਹੈਗੀ। ਇੱਥੇ ਜਾ ਕੇ ਆਪਾਂ ਡਿਟੇਲਸ ਲੈ ਸਕਦੇ ਹਾਂ, ਡਨ ਜਾਂ ਫਿਰ ਡਿਲੀਟ, ਤਾਂ ਵੈਸੇ ਤੁਹਾਨੂੰ ਇੱਥੇ ਕਰਨ ਦੀ ਲੋੜ ਨਹੀਂ ਹੈਗੀ ਇਸ ਚੀਜ਼ ਨੂੰ। ਹੁਣ ਤੁਸੀਂ ਦੇਖੋਗੇ ਇੱਥੇ ਆਪਾਂ ਨੂੰ ਇੱਕ ਮੈਸੇਜ ਆ ਰਿਹਾ ਕਿ ਲੋਗਸ ਆਰ ਅਪਡੇਟਡ। ਉਦੋਂ ਤੱਕ ਤੁਸੀਂ ਮੇਕ ਸ਼ੋਰ ਕਰੋ ਕਿ ਜਦੋਂ ਤੱਕ ਆਹ ਮੈਸੇਜ ਆਉਂਦਾ ਆ ਆਪਣੇ ਕੋਲ ਉਦੋਂ ਤੱਕ ਤੁਸੀਂ IVG ਯੂਨਿਟ ਨੂੰ ਨਾ ਹੀ ਲੋਗ ਆਊਟ ਕਰੋ ਜਦੋਂ ਤੱਕ ਤੁਹਾਡੇ ਕੋਲ ਇਹ ਮੈਸੇਜ ਆਉਂਦਾ ਰਹਿੰਦਾ। ਵੈਸੇ ਤੁਸੀਂ ਇਸ ਤੋਂ ਸਭ ਤੋਂ ਵਧੀਆ ਤਰੀਕਾ ਇਹੀ ਹੈਗਾ ਆ ਕਿ ਆਪਣੇ ਜਿਹੜੇ ਲੋਗਸ ਆ ਉਹਨਾਂ ਨੂੰ ਸਰਟੀਫਾਈ ਕਰ ਦਿਓ। ਇਹ ਹੋ ਗਿਆ ਜੀ ਆਰਟਸ ਆਫ ਸਰਵਿਸ ਦਾ ਟ੍ਰੇਨਿੰਗ ਤੁਹਾਡੇ ਕੋਲ। ਇਸ ਤੋਂ ਬਿਨਾਂ ਅਗਰ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਆ, ਤੁਹਾਨੂੰ ਕਿਸੇ ਚੀਜ਼ ਦਾ ਪਤਾ ਨਹੀਂ ਲੱਗ ਰਿਹਾ ਇਹਨਾਂ ਦੇ ਵਿੱਚੋਂ ਕਿ ਕਿਹੜੀ ਟੈਬ 'ਤੇ ਜਾ ਕੇ ਮੈਂ ਕੀ ਕਰਨਾ ਆ, ਤਾਂ ਤੁਸੀਂ ਇੱਥੇ ਇੱਕ ਟੈਬ ਬਣੀ ਹੋਈ ਆ ਡਰਾਈਵਰ ਟ੍ਰੇਨਿੰਗ, ਤੁਹਾਨੂੰ ਕਿਸੇ ਨੂੰ ਫੋਨ ਕਰਨ ਦੀ ਲੋੜ ਨਹੀਂ, ਕੋਈ ਕੁਛ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ, ਡਰਾਈਵਰ ਟ੍ਰੇਨਿੰਗ 'ਤੇ ਜਾਓ। ਇੱਥੇ ਆਪਣੇ ਕੋਲ ਹੈਲਪ ਮੈਨਿਊ ਨੇਗੇ, ਇਹ ਖੁੱਲ੍ਹ ਜਾਣਗੇ। ਜਿਹੜੀ ਲੈਂਗੁਏਜ ਤੁਸੀਂ ਸਿਲੈਕਟ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ, ਸਪੋਜ਼ ਮੈਂ ਇੰਗਲਿਸ਼ ਕੀਤੀ ਆ। ਹਾਂਜੀ, ਇੱਥੇ ਆ ਸਾਰੀਆਂ ਇਕੱਲੀਆਂ ਇਕੱਲੀਆਂ ਚੀਜ਼ਾਂ ਦੀ ਆਪਾਂ ਨੂੰ ਇਹਨੇ ਜਾਣਕਾਰੀ ਦਿੱਤੀ ਹੋਈ ਆ ਕਿ ਹਾਂਜੀ ਜਿਹੜੀ ਚੀਜ਼ ਬਾਰੇ ਤੁਸੀਂ ਨੇ ਦੇਖਣਾ ਉਸ ਚੀਜ਼ ਬਾਰੇ ਤੁਸੀਂ ਇੱਥੇ ਦੇਖ ਸਕਦੇ ਹੋ। ਸਪੋਜ਼ ਕਰ ਲਓ ਮੈਨੂੰ ਕੋਈ ਪਤਾ ਨਹੀਂ ਚੱਲ ਰਿਹਾ ਕਿਸੇ ਚੀਜ਼ ਦਾ, ਮੈਨੂੰ ਮੈਸੇਜ ਕਰਨ ਦਾ ਨਹੀਂ ਪਤਾ ਚੱਲ ਰਿਹਾ, ਸਪੋਜ਼ ਇੱਥੇ ਮੈਨੂੰ ਇੱਕ ਮੈਸੇਜਿੰਗ ਬਾਰੇ ਮਤਲਬ ਸਾਰੀ ਚੀਜ਼ ਦਿੱਤੀ ਹੋਊਗੀ, ਇੱਥੇ ਮੈਸੇਜ ਬਾਰੇ ਮੈਨੂੰ ਜਾਣਕਾਰੀ ਦਿੱਤੀ ਹੋਊਗੀ ਥੋੜ੍ਹੀ ਥੋੜ੍ਹੀ ਵੀ ਕੀ ਆ ਮੈਸੇਜ ਕਾਹਤੋਂ ਆਪਾਂ ਕਰਨਾ ਵਾ। ਹਾਂਜੀ, ਇਹ ਹੈਗੀ ਸਰਟੀਫਿਕੇਸ਼ਨ ਵਾਲੀ ਲੋਗਸ ਦੀ ਸਰਟੀਫਿਕੇਸ਼ਨ। ਜਦੋਂ ਵੀ ਤੁਸੀਂ ਆਪਣਾ ਡੇ ਐਂਡ ਕਰਦੇ ਹੋਗੇ ਹਰ ਇੱਕ ਦਿਨ ਤੁਸੀਂ ਆਪਣੇ ਜਿਹੜੇ ਲੋਗਸ ਨੇ ਇੱਥੇ ਆਹ ਵਾਲੇ ਬਟਨ 'ਤੇ ਜਾ ਕੇ ਕਲੈਰੀ ਸਰਟੀਫਾਈ ਕਰਨੇ ਨੇ
ਕਿਉਂਕਿ ਅਗਰ ਤੁਸੀਂ ਇਹਨਾਂ ਨੂੰ ਸਰਟੀਫਾਈ ਨਹੀਂ ਕਰਦੇ, ਮਤਲਬ ਤੁਸੀਂ ਆਪਣੇ ਲੌਗਸ ਨੂੰ ਅਪਰੂਵ ਨਹੀਂ ਕੀਤਾ ਹੈਗਾ, ਜੋ ਵੀ ਤੁਹਾਡੇ ਮਤਲਬ ਦਿਨ ਦੇ ਘੰਟੇ ਆ ਪੂਰੇ ਉਹ ਕੱਟੇ ਗਏ ਨੇਗੇ, ਕਿਉਂਕਿ ਉਹਦਾ ਆਪਣੇ ਕੋਲ ਕੋਈ ਰੈਕਰਡ ਨਹੀਂ ਹੈਗਾ ਕਿ ਤੁਸੀਂ ਕਿੰਨੇ ਘੰਟੇ ਡਰਾਈਵਿੰਗ ਕੀਤੀ ਆ ਜਦੋਂ ਤੱਕ ਤੁਸੀਂ ਆਪਣੇ ਲੌਗਸ ਸਰਟੀਫਾਈ ਨਹੀਂ ਕਰਦੇ ਹੈਗੇ। ਅਤੇ ਇੱਥੋਂ ਤੁਹਾਨੂੰ ਐਡਿਟ ਦੀ ਆਪਸ਼ਨ ਨਹੀਂ ਆਏਗੀ, ਤੁਸੀਂ ਕੁਛ ਨਹੀਂ ਕਰ ਸਕਦੇ ਹੈਗੇ, ਬਿਕੋਜ਼ ਇਹ ELD ਹੈਗਾ, ਇਹ ਆਪਾਂ ਡੈਮੋ ਲਈ ਯੂਜ਼ ਕਰ ਰਹੇ ਹਾਂ, ਸੋ ਆਪਣੇ ਕੋਲ ਇੱਥੇ ਸ਼ੋ ਕਰਦਾ, ਬਟ ਤੁਹਾਨੂੰ ਇਹੋ ਜਿਹੀ ਕੋਈ ਆਪਸ਼ਨ ਨਹੀਂ ਆਏਗੀ। ਸੋ ਇਹ ਤੁਹਾਡੀ ਜ਼ਿੰਮੇਵਾਰੀ ਆ ਕਿ ਰੋਜ਼ ਤੁਸੀਂ ਆਪਣੇ ਜਿਹੜੇ ਲੌਗਸ ਨੇ ਉਹ ਸਰਟੀਫਾਈ ਕਰਨੇ ਨੇ। ਇਸ ਤੋਂ ਬਿਨਾਂ ਜੀ ਇੱਕ ਆਪਣੇ ਕੋਲ ਆਰਜ਼ ਆਫ ਹਾਂਜੀ ਇੱਕ ਹੋਰ ਚੀਜ਼ ਤੁਹਾਨੂੰ ਦੱਸਣੀ ਆ ਕਿ ਜਦੋਂ ਤੱਕ ਤੁਸੀਂ ਲੌਗਸ ਸਰਟੀਫਾਈ ਨਹੀਂ ਕਰਦੇ, ਤੁਹਾਡੇ ਇਸ ਯੂਨਿਟ ਨੇ ਮਤਲਬ ਲੌਗਇਨ ਨਹੀਂ ਲੌਗ ਆਊਟ ਨਹੀਂ ਹੋਣਾ ਹੈਗਾ। ਅਤੇ ਇੱਥੇ ਤੁਹਾਨੂੰ ਫਿਰ ਪਿਛਲੇ ਦਿਨਾਂ ਦੇ ਵਿੱਚ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਿ ਮੇਰੇ ਸਾਰੇ ਲੌਗਸ ਨੇ ਜਿਹੜੇ ਉਹ ਸੈਂਡ ਹੋਏ ਹੋਏ ਨੇਗੇ, ਮਤਲਬ ਕਿ ਵੀ ਮੈਂ ਸੈਂਡ ਕੀਤੇ ਨੇਗੇ। ਅਤੇ ਜੇ ਤੁਹਾਨੂੰ ਇੱਥੇ ਕੋਈ ਵੀ ਬਟਨ ਆ ਜਿਹੜਾ ਜਿਵੇਂ ਹੁਣ ਆਹ ਬਟਨ ਆ ਜਿਹੜੇ ਉਹ ਬਿਲਕੁਲ ਬਲਰ ਹੋ ਗਏ ਨੇ, ਬਿਕੋਜ਼ ਆਪਣੇ ਜਿਹੜੇ ਲੌਗਸ ਨੇਗੇ ਉਹ ਸੈਂਡ ਹੋਏ ਹੋਏ ਨੇ। ਅਗਰ ਤੁਹਾਡੇ ਆਹ ਵਾਲੇ ਬਟਨ ਮਤਲਬ ਸਪੈਸ਼ਲੀ ਆ ਸਰਟੀਫਾਈਡ ਵਾਲਾ ਬਟਨ ਬਲਰ ਨਹੀਂ ਹੈਗਾ, ਮਤਲਬ ਤੁਹਾਡੇ ਲੌਗਸ ਸੈਂਡ ਨਹੀਂ ਹੋਏ ਹੋਏਗੇ, ਇਹ ਵੀ ਤੁਸੀਂ ਚੀਜ਼ ਬੈਕ ਜਾ ਕੇ ਚੈੱਕ ਕਰ ਸਕਦੇ ਹੋ। ਬਟ ਸਭ ਤੋਂ ਵੱਡੀ ਗੱਲ ਇਹ ਆ ਕਿ ਉਦੋਂ ਤੱਕ ਇਹਨੇ ਲੌਗ ਆਊਟ ਨਹੀਂ ਹੋਣਾ ਜਦੋਂ ਤੱਕ ਤੁਸੀਂ ਲੌਗਸ ਸਰਟੀਫਾਈ ਨਹੀਂ ਕਰਦੇ ਹੈਗੇ। ਇਸ ਤੋਂ ਬਿਨਾਂ ਜੀ ਇੱਕ ਜਿਹੜੀ ਆਪਾਂ ਹੋਰ ਰਿਪੋਰਟ ਬਣਾਉਂਦੇ ਹਾਂ ਉਹ ਹੈਗੀ ਲੋਡ ਦੀ ਰਿਪੋਰਟ। ਜਦੋਂ ਵੀ ਤੁਸੀਂ ਕੋਈ ਲੋਡ ਪਿਕਅਪ ਕਰਦੇ ਹੋ, ਚਾਹੇ ਤੁਸੀਂ ਮਤਲਬ ਆਪਣੇ ਯਾਰਡ ਤੋਂ ਲੈ ਕੇ ਜਾਂਦੇ ਹੋ ਜਾਂ ਫਿਰ ਤੁਸੀਂ ਕਿਤੋਂ ਹੋਰ ਵੀ ਕੋਈ ਲੋਡ ਪਿਕਅਪ ਕਰਦੇ ਹੋ, ਤਾਂ ਹਰ ਵਾਰੀ ਤੁਸੀਂ ਲੋਡ ਦੀ ਇਨਫੋਰਮੇਸ਼ਨ ਜਿਹੜੀ ਆ ਉਹ ਸੈਂਡ ਕਰਨੀ ਆ ਆਪਾਂ ਨੂੰ ਕਿ ਹਾਂਜੀ ਵੀ ਆਹ ਵਾਲਾ ਲੋਡ ਆ ਅਤੇ ਇਹ ਵਾਲਾ ਮੈਂ ਚੱਕਿਆ ਵਾ। ਨਿਊ ਲੋਡ 'ਤੇ ਜਾਓਗੇ ਤੁਸੀਂ, ਲੋਡ ਆਈਡੀ ਜੋ ਵੀ ਤੁਹਾਨੂੰ ਡਿਸਪੈਚ ਪੇਪਰ ਵਰਕ ਪ੍ਰੋਵਾਈਡ ਕਰਦਾ ਆ ਉਹਦੇ ਉੱਤੇ ਤੁਹਾਨੂੰ ਇੱਕ ਲੋਡ ਆਈਡੀ ਮਿਲਦੀ ਆ, ਉਹ ਪੇਪਰ ਵਰਕ ਤੋਂ ਦੇਖ ਕੇ ਤੁਸੀਂ ਲੋਡ ਆਈਡੀ ਪਾਉਣੀ ਆ। ਇੱਥੇ ਤੁਸੀਂ ਟ੍ਰੇਲਰ ਵਨ ਰਿਕੁਆਇਰਡ, ਮਤਲਬ ਇੱਕ ਤਾਂ ਟ੍ਰੇਲਰ ਪੱਕਾ ਹੀ ਤੁਹਾਡੇ ਕੋਲ ਹੋਣਾ ਚਾਹੀਦਾ ਆ। ਇੱਥੇ ਤੁਸੀਂ ਟ੍ਰੇਲਰ ਵਨ ਰਿਕੁਆਇਰਡ ਦੇ ਵਿੱਚ ਤੁਸੀਂ ਟ੍ਰੇਲਰ ਦਾ ਨੰਬਰ ਪਾ ਸਕਦੇ ਹੋਗੇ, 1, 2, 3, 4 ਪਾ ਸਕਦੇ ਹੋ, ਤੁਹਾਡੀ ਮਰਜ਼ੀ ਆ, ਮਤਲਬ ਜੋ ਵੀ ਤੁਹਾਡੇ ਕੋਲ ਟ੍ਰੇਲਰ ਆ ਉੱਥੇ ਤੁਸੀਂ ਇਹ ਵਾਲੀ ਚੀਜ਼ ਪਾਉਣੀ ਆ। ਲੋਡ ਆਈਡੀ ਸਪੋਜ਼ ਕਰ ਲਓ ਹੁਣ ਮੇਰੇ ਕੋਲ OP 123 ਜਾਂ ਕੁਛ ਵੀ ਹੈਗੀ ਆ, ਮੈਂ ਇੱਥੇ ਫਿਲਅਪ ਕਰਤੀ। ਸਟਾਰਟ ਡੇਟ ਅੱਜ ਦੀ ਡੇਟ, ਟ੍ਰੇਲਰ ਟੂ ਆਪਣੇ ਕੋਲ ਮੈਂਡੇਟਰੀ ਨਹੀਂ ਹੈਗਾ, ਬਿਕੋਜ਼ ਆਪਾਂ ਆਲਵੇਜ਼ ਇੱਕ ਟ੍ਰੇਲਰ ਤਾਂ ਹੁੰਦਾ ਹੀ ਹੁੰਦਾ, ਸੋ ਇੱਕ ਰਿਕੁਆਇਰ ਆ। ਅਗਰ ਤੁਹਾਡੇ ਕੋਲ 2 ਟ੍ਰੇਲਰ ਆ ਗਏ ਤੁਸੀਂ 2 ਵੀ ਪਾ ਸਕਦੇ ਹੋ, 3 ਆ ਤਾਂ 3 ਵੀ ਪਾ ਸਕਦੇ ਹੋ। ਇੱਥੇ ਤੁਸੀਂ ਪਾਉਣਾ ਬਿੱਲ ਆਫ ਲੇਡਿੰਗ ਨੰਬਰ, ਇਹ ਵੀ ਤੁਹਾਨੂੰ ਜੋ ਡਿਸਪੈਚ ਪੇਪਰ ਵਰਕ ਪ੍ਰੋਵਾਈਡ ਕਰਦਾ ਆ ਉਹਦੇ ਵਿੱਚ ਬਿੱਲ ਆਫ ਲੇਡਿੰਗ ਨੰਬਰ ਹੁੰਦਾ ਆ। ਇਹ ਬਿੱਲ ਆਫ ਲੇਡਿੰਗ ਨੰਬਰ ਕੁਛ ਵੀ ਹੋ ਸਕਦਾ ਆ, ਸੋ ਤੁਸੀਂ ਆਪਣੇ ਪੇਪਰ ਵਰਕ ਤੋਂ ਚੈੱਕ ਕਰਕੇ ਉਹ ਬਿੱਲ ਆਫ ਲੇਡਿੰਗ ਨੰਬਰ ਇੱਥੇ ਪਾਉਣਾ ਆ। ਉਸ ਤੋਂ ਬਾਅਦ ਤੁਸੀਂ ਓਕੇ ਕਰ ਦੋਗੇ। ਇਹ ਆਪਣੇ ਕੋਲ ਇੱਕ ਜਦੋਂ ਵੀ ਤੁਸੀਂ ਮਤਲਬ ਲੋਡ ਚੱਕ ਦਿਓਗੇ ਤਾਂ ਮੈਂ ਜੋ ਇਨਫੋਰਮੇਸ਼ਨ ਇੱਥੇ ਭਰੀ ਸੀਗੀ ਉਹ ਸਾਰੀ ਮੇਰੇ ਕੋਲ ਇੱਥੇ ਆ ਚੁੱਕੀ ਆ। ਹੁਣ ਇਹ ਵਾਲੀ ਚੀਜ਼ ਹਮੇਸ਼ਾ ਇੱਥੇ ਹੀ ਰਹੂਗੀ। ਅਗਰ ਮੈਂ ਇਹਦੇ 'ਚ ਕੋਈ ਐਡੀਟਿੰਗ ਕਰਨੀ ਆ ਸਟਿਲ, ਮੈਂ ਐਡੀਟਿੰਗ ਕਰ ਸਕਦੀ ਹਾਂ, ਅਤੇ ਪਰ ਇੱਥੇ ਆਪਾਂ ਕੋਈ ਐਡੀਟਿੰਗ ਨਹੀਂ ਕਰ ਰਹੇ, ਓਕੇ ਕਰਕੇ ਮਤਲਬ ਰਿਪੋਰਟ ਸੈਂਡ ਹੋ ਗਈ ਆ। ਉਸ ਤੋਂ ਬਾਅਦ ਅਗਰ ਹੁਣ ਤੁਸੀਂ ਤੁਸੀਂ ਇੱਥੋਂ ਕੈਲੇਡਨ ਤੋਂ ਲੋਡ ਲੈ ਕੇ ਗਏ ਸੀ, ਇਹ ਉਹਦੀ ਇਨਫੋਰਮੇਸ਼ਨ ਆ ਸਾਰੀ। ਹੁਣ ਤੁਸੀਂ US ਦੇ ਵਿੱਚ ਕਿਤੇ ਵੀ ਪਹੁੰਚ ਗਏ ਹੋ, ਸਪੋਜ਼ ਤੁਸੀਂ ਟੈਕਸਸ ਪਹੁੰਚ ਗਏ ਹੋ, ਉੱਥੋਂ ਤੁਸੀਂ ਇੱਕ ਨਿਊ ਲੋਡ ਪਿਕਅਪ ਕਰ ਰਹੇ ਹੋ, ਨਿਊ ਲੋਡ 'ਤੇ ਜਾਓਗੇ, ਇੱਥੇ ਸਾਰੀ ਇਨਫੋਰਮੇਸ਼ਨ ਪਾਓਗੇ, ਜੋ ਵੀ ਤੁਹਾਡੇ ਉਹ ਪੇਪਰ ਵਰਕ 'ਤੇ ਹੈਗੀ ਆ ਉਹਨੂੰ ਓਕੇ ਕਰ ਦੋਗੇ। ਸੋ ਇੱਥੇ ਜਦ ਤੱਕ ਮੈਂ ਕੁਛ ਵੀ ਨਹੀਂ ਭਰਿਆ ਹੈਗਾ, ਇਹ ਮੈਨੂੰ ਇੱਕ ਐਰਰ ਮੈਸੇਜ ਦੇ ਰਿਹਾ ਕਿ ਲੋਡ ਆਈਡੀ ਇਜ਼ ਰਿਕੁਆਇਰਡ। ਲੋਡ ਆਈਡੀ ਹਮੇਸ਼ਾ ਆਪਾਂ ਨੂੰ ਚਾਹੀਦੀ ਹੈ, ਉਦੋਂ ਤੱਕ ਹੀ ਸੈਂਡ ਨਹੀਂ ਹੋਣਾ ਹੈਗਾ। ਇੱਥੇ ਜਾ ਕੇ ਮੈਂ ਹਿਸਟਰੀ ਵੀ ਦੇਖ ਸਕਦੀ ਹਾਂ। ਸਪੋਜ਼ ਕਰ ਲਓ ਤੁਸੀਂ ਲੋਡ ਪਿਕਅਪ ਕਰ ਰਹੇ ਹੋ, ਸਾਨੂੰ ਸਿਸਟਮ ਦੇ ਵਿੱਚ ਕੋਈ ਵੀ ਤੁਹਾਡੀ ਲੋਡ ਆਈਡੀ ਦੀ ਮਤਲਬ ਲੋਡ ਦੀ ਜੋ ਹਿਸਟਰੀ ਆ ਉਹਦੀ ਰਿਪੋਰਟ ਨਹੀਂ ਆਈ ਹੈਗੀ, ਤਾਂ ਆਪਾਂ ਤੁਹਾਨੂੰ ਪੁੱਛ ਸਕਦੇ ਹਾਂ ਕਿ ਹਾਂਜੀ ਤੁਸੀਂ ਇਹ ਲੋਡ ਦੀ ਜਿਹੜੀ ਹਿਸਟਰੀ ਆ ਮਤਲਬ ਤੁਹਾਡੀ IVG ਯੂਨਿਟ ਤੋਂ ਆਪਾਂ ਚੈੱਕ ਕਰ ਸਕਦੇ ਹਾਂ ਕਿ ਵੀ ਆਪਾਂ ਤੁਸੀਂ ਲੋਡ ਆਈਡੀ ਕਦੋਂ ਤੁਸੀਂ ਲੋਡ ਚੱਕਿਆ, ਪਰ ਤੁਸੀਂ ਲੋਡ ਦੀ ਕੋਈ ਹਿਸਟਰੀ ਨਹੀਂ ਬਣਾਈ ਹੈਗੀ, ਮਤਲਬ ਤੁਸੀਂ ਲੋਡ ਦੀ ਆਈਡੀ ਨਹੀਂ ਭਰੀ ਹੈਗੀ। ਇੱਥੇ ਜਾ ਕੇ ਆਪਾਂ ਡਿਟੇਲਸ ਲੈ ਸਕਦੇ ਹਾਂ, ਡਨ ਜਾਂ ਫਿਰ ਡਿਲੀਟ, ਤਾਂ ਵੈਸੇ ਤੁਹਾਨੂੰ ਇੱਥੇ ਕਰਨ ਦੀ ਲੋੜ ਨਹੀਂ ਹੈਗੀ ਇਸ ਚੀਜ਼ ਨੂੰ। ਹੁਣ ਤੁਸੀਂ ਦੇਖੋਗੇ ਇੱਥੇ ਆਪਾਂ ਨੂੰ ਇੱਕ ਮੈਸੇਜ ਆ ਰਿਹਾ ਕਿ ਲੌਗਸ ਆਰ ਅਪਡੇਟਡ। ਉਦੋਂ ਤੱਕ ਤੁਸੀਂ ਮੇਕ ਸ਼ੋਰ ਕਰੋ ਕਿ ਜਦੋਂ ਤੱਕ ਆਹ ਮੈਸੇਜ ਆਉਂਦਾ ਆ ਆਪਣੇ ਕੋਲ
ਉਦੋਂ ਤੱਕ ਤੁਸੀਂ ਆਈਵੀਜੀ ਯੂਨਿਟ ਨੂੰ ਨਾ ਹੀ ਲੌਗ ਆਊਟ ਕਰੋ ਜਦੋਂ ਤੱਕ ਤੁਹਾਡੇ ਕੋਲ ਇਹ ਮੈਸੇਜ ਆਉਂਦਾ ਰਹਿੰਦਾ। ਵੈਸੇ ਤੁਸੀਂ ਇਸ ਤੋਂ ਸਭ ਤੋਂ ਵਧੀਆ ਤਰੀਕਾ ਇਹੀ ਹੈਗਾ ਆ ਕਿ ਆਪਣੇ ਜਿਹੜੇ ਲੌਗਸ ਆ ਉਹਨਾਂ ਨੂੰ ਸਰਟੀਫਾਈ ਕਰ ਦਿਓ। ਇਹ ਹੋ ਗਿਆ ਜੀ ਆਰਟਸ ਆਫ ਸਰਵਿਸ ਦਾ ਟ੍ਰੇਨਿੰਗ ਤੁਹਾਡੇ ਕੋਲ। ਇਸ ਤੋਂ ਬਿਨਾਂ ਅਗਰ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਆ, ਤੁਹਾਨੂੰ ਕਿਸੇ ਚੀਜ਼ ਦਾ ਪਤਾ ਨਹੀਂ ਲੱਗ ਰਿਹਾ ਇਹਨਾਂ ਦੇ ਵਿੱਚੋਂ ਕਿ ਕਿਹੜੀ ਟੈਬ 'ਤੇ ਜਾ ਕੇ ਮੈਂ ਕੀ ਕਰਨਾ ਆ, ਤਾਂ ਤੁਸੀਂ ਇੱਥੇ ਇੱਕ ਟੈਬ ਬਣੀ ਹੋਈ ਆ ਡਰਾਈਵਰ ਟ੍ਰੇਨਿੰਗ। ਤੁਹਾਨੂੰ ਕਿਸੇ ਨੂੰ ਫੋਨ ਕਰਨ ਦੀ ਲੋੜ ਨਹੀਂ, ਕੋਈ ਕੁਛ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ, ਡਰਾਈਵਰ ਟ੍ਰੇਨਿੰਗ 'ਤੇ ਜਾਓ। ਇੱਥੇ ਆਪਣੇ ਕੋਲ ਹੈਲਪ ਮੈਨਿਊ ਨੇਗੇ, ਇਹ ਖੁੱਲ੍ਹ ਜਾਣਗੇ। ਜਿਹੜੀ ਲੈਂਗੁਏਜ ਤੁਸੀਂ ਸਿਲੈਕਟ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ। ਸਪੋਜ਼ ਮੈਂ ਇੰਗਲਿਸ਼ ਕੀਤੀ ਆ। ਹਾਂਜੀ, ਇੱਥੇ ਆ ਸਾਰੀਆਂ ਇਕੱਲੀਆਂ ਇਕੱਲੀਆਂ ਚੀਜ਼ਾਂ ਦੀ ਆਪਾਂ ਨੂੰ ਇਹਨੇ ਜਾਣਕਾਰੀ ਦਿੱਤੀ ਹੋਈ ਆ ਕਿ ਹਾਂਜੀ ਜਿਹੜੀ ਚੀਜ਼ ਬਾਰੇ ਤੁਸੀਂ ਨੇ ਦੇਖਣਾ ਉਸ ਚੀਜ਼ ਬਾਰੇ ਤੁਸੀਂ ਇੱਥੇ ਦੇਖ ਸਕਦੇ ਹੋ। ਸਪੋਜ਼ ਕਰ ਲਓ ਮੈਨੂੰ ਕੋਈ ਪਤਾ ਨਹੀਂ ਚੱਲ ਰਿਹਾ ਕਿਸੇ ਚੀਜ਼ ਦਾ, ਮੈਨੂੰ ਮੈਸੇਜ ਕਰਨ ਦਾ ਨਹੀਂ ਪਤਾ ਚੱਲ ਰਿਹਾ। ਸਪੋਜ਼ ਇੱਥੇ ਮੈਨੂੰ ਇੱਕ ਮੈਸੇਜਿੰਗ ਬਾਰੇ ਮਤਲਬ ਸਾਰੀ ਚੀਜ਼ ਦਿੱਤੀ ਹੋਊਗੀ, ਇੱਥੇ ਮੈਸੇਜ ਬਾਰੇ ਮੈਨੂੰ ਜਾਣਕਾਰੀ ਦਿੱਤੀ ਹੋਊਗੀ ਥੋੜ੍ਹੀ ਥੋੜ੍ਹੀ ਵੀ ਕੀ ਆ ਮੈਸੇਜ, ਕਾਹਤੋਂ ਆਪਾਂ ਕਰਨਾ ਵਾ,